ਇਹ ਸ਼ਹਿਰ ਦਾ ਅੰਦਰਲਾ ਹਿੱਸਾ ਹੈ, ਪਰ ਤੁਸੀਂ ਤਸਵੀਰ ਦੇਖੋਗੇ, ਇਹਦੀ ਦਿੱਖ ਦੇਖੋਗੇ ਤਾਂ ਤੁਹਾਨੂੰ ਪੂਰਾ ਖੁੱਲ੍ਹੀ ਹਵਾ ਔਰ ਖੁੱਲ੍ਹਾ ਮਾਹੌਲ ਜਿਹੜਾ ਪਿੰਡ ਵਰਗਾ ਨਜ਼ਰ ਆਏਗਾ। ਇਹ ਜਿੱਥੇ ਅਸੀਂ ਬੈਠੇ ਹਾਂ ਪਿੰਡ ਵਾ ਕਿ ਸ਼ਹਿਰ ਆ? ਪਿੰਡ। ਸ਼ਹਿਰ ਵਾਲਾ ਪਿੰਡ ਕਿ ਪਿੰਡ ਵਾਲਾ ਪਿੰਡ? ਪਿੰਡ ਵਾਲਾ ਪਿੰਡ। ਬੋਲਣਦੇ ਜੇ ਤੁਸੀਂ ਪਿੰਡ 'ਚ ਰਹਿੰਦੇ ਜੇ, ਅਸੀਂ ਕਹਿੰਦੇ ਨਹੀਂ ਆਪਾਂ ਸ਼ਹਿਰ 'ਚ ਹੀ ਰਹਿੰਦੇ, ਫਿਰ ਆਪਾਂ ਉਹਨਾਂ ਨੂੰ ਬਾਹਰੋਂ ਦਿਖਾ ਕੇ ਆਉਂਦੇ ਕਿ ਆਪਾਂ ਸ਼ਹਿਰ 'ਚ ਹੀ ਰਹਿੰਦੇ ਹਾਂ, ਪਰ ਪਿੰਡ ਬਣਾਇਆ ਆਪਾਂ ਸ਼ਹਿਰ ਦੇ ਅੰਦਰ ਹੀ। ਆਪਣੇ ਜੀਵਨ ਦਾ ਕੁਝ ਸਮਾਂ ਪਿੰਡਾਂ ਦੇ ਵਿੱਚ ਬਿਤਾਇਆ ਹੈ, ਉਹ ਲੋਕ ਆਪਣੇ ਵਿਰਸੇ ਨੂੰ ਭੁੱਲਣਾ ਨਹੀਂ ਚਾਹੁੰਦੇ। ਤੇ ਇੱਥੇ ਬਾਜ਼ਾਰ 'ਚ ਜਾਂ ਤੇ ਇਹ ਭਾਈ ਬਣ ਜਾਂਦਾ ਜਾਂ ਮੈਂ ਭਾਈ ਬਣ ਜਾਂਦੇ, ਫਿਰ ਇੱਦਾਂ ਹੀ ਖੇਡਦੇ ਰਹਿੰਦੇ ਆਪਾਂ ਸਾਰੇ ਦਿਨ ਇੱਥੇ। ਅਤੇ ਲੱਕੜ ਦੀਆਂ ਬਾਰੀਆਂ, ਇਹ ਬਲਬ ਦੇ ਜਿਹੜੇ ਉਹ ਲਾਟੂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਹੋਲਡਰਸ ਜਾਂ ਇਹ ਲਾਲਟੈਨਾਂ, ਫਿਰ ਇਹ ਕਿੱਥੋਂ ਕੱਠੀਆਂ ਕੀਤੀਆਂ? ਤੁਸੀਂ ਜਿੱਦਾਂ ਤੁਸੀਂ ਕਿਹਾ ਸਾਰੀਆਂ ਚੀਜ਼ਾਂ ਲੋਕਾਂ ਖਤਮ ਕਰਤੀਆਂ, ਉਹ ਖਤਮ ਹੋਈਆਂ ਚੀਜ਼ਾਂ ਨੂੰ ਫਿਰ ਦੁਬਾਰਾ ਜਿੰਦਾ ਕੀਤਾ ਜੀ। ਬੇਸ਼ੱਕ ਬਚਪਨ ਪਿੰਡ ਦੇ ਵਿੱਚ ਗੁਜ਼ਾਰਿਆ, ਪਰ ਪਿੰਡ ਦੀ ਯਾਦ ਨਹੀਂ ਭੁੱਲੀ। ਤਸਵੀਰ ਦਿਖਾ ਦਿੰਦਾ ਕਿ ਅਸੀਂ ਜਿੱਥੇ ਬੈਠੇ ਹਾਂ ਇਹ ਸ਼ਹਿਰ ਦਾ ਅੰਦਰਲਾ ਹਿੱਸਾ ਹੈ, ਪਰ ਤੁਸੀਂ ਤਸਵੀਰ ਦੇਖੋਗੇ, ਇਹਦੀ ਦਿੱਖ ਦੇਖੋਗੇ ਤਾਂ ਤੁਹਾਨੂੰ ਪੂਰਾ ਖੁੱਲ੍ਹੀ ਹਵਾ ਔਰ ਖੁੱਲ੍ਹਾ ਮਾਹੌਲ ਜਿਹੜਾ ਪਿੰਡ ਵਰਗਾ ਨਜ਼ਰ ਆਏਗਾ। ਜਿੱਥੇ ਆਪਣੇ ਸ਼ੌਕ ਨੂੰ ਵਿਰਸਾ ਨਹੀਂ ਭੁੱਲਿਆ, ਉੱਥੇ ਆਪਣੇ ਬੱਚਿਆਂ ਨੂੰ ਵੀ ਵਿਰਸੇ ਦੇ ਨਾਲ ਜੋੜ ਕੇ ਰੱਖਿਆ। ਬੇਸ਼ੱਕ ਸ਼ਹਿਰ ਦੇ ਵਿੱਚ ਰਹਿੰਦੇ ਆ, ਪਰ ਲੱਖਾਂ ਰੁਪਈਏ ਖਰਚ ਕਰਤੇ ਇਹਨੂੰ ਪਿੰਡ ਦੀ ਦਿੱਖ ਦੇਣ ਲਈ। ਹਰ ਚੀਜ਼ ਪੁਰਾਣੀ ਹੈ, ਹਰ ਚੀਜ਼ ਵਿਰਸੇ ਨਾਲ ਜੁੜੀ ਹੋਈ ਆ। ਪਹਿਲਾਂ ਗੱਲ ਕਰਾਂਗੇ ਗੁਰਪ੍ਰੀਤ ਸਿੰਘ ਦੇ ਬੱਚਿਆਂ ਦੇ ਨਾਲ, ਉਹ ਕਿੱਦਾਂ ਵਿਰਸੇ ਨਾਲ ਜੁੜੇ ਹੈ, ਉਹਨਾਂ ਦੇ ਮਾਪਿਆਂ ਕਿੱਦਾਂ ਜੋੜਿਆ ਔਰ ਕਰਦੇ ਕੀ ਨੇ ਇਸ ਪਿੰਡ ਦੇ ਵਿੱਚ ਆ ਕੇ? ਕੀ ਨਾਂ ਜੀ? ਸਾਹਿਬਜੀਤ ਸਿੰਘ। ਸਾਹਿਬਜੀਤ, ਇਹ ਜਿੱਥੇ ਅਸੀਂ ਬੈਠੇ ਹਾਂ ਪਿੰਡ ਵਾ ਕਿ ਸ਼ਹਿਰ ਆ? ਪਿੰਡ। ਸ਼ਹਿਰ ਵਾਲਾ ਪਿੰਡ ਕਿ ਪਿੰਡ ਵਾਲਾ ਪਿੰਡ? ਪਿੰਡ ਵਾਲਾ ਪਿੰਡ। ਪਿੰਡ ਵਾਲਾ ਪਿੰਡ। ਇੱਥੇ ਆ ਕੇ ਕੀ ਕੀ ਕਰਦੇ ਹੋ ਤੁਸੀਂ, ਕੀ ਬਣਾਇਆ ਦਾ ਵਾ? ਮਿੱਟੀ ਦੇ ਭਾਂਡੇ ਬਣਾਈ ਦੇ ਆ, ਹੋਰ ਖੇਡੀ ਦਾ ਵੀ ਆ, ਕਬੂਤਰਾਂ ਨੂੰ ਖੇਡੀ ਦਾ ਆ ਕੇ। ਤੇ ਇੱਥੇ ਬਾਜ਼ਾਰ 'ਚ ਜਾਂ ਤੇ ਇਹ ਭਾਈ ਬਣ ਜਾਂਦਾ ਜਾਂ ਮੈਂ ਭਾਈ ਬਣ ਜਾਂਦੇ, ਫਿਰ ਇੱਦਾਂ ਹੀ ਖੇਡਦੇ ਰਹਿੰਦੇ ਆਪਾਂ ਸਾਰੇ ਦਿਨ ਇੱਥੇ। ਪਹਿਲਾਂ ਤੁਸੀਂ ਫਿਲਮਾਂ 'ਚ ਦੇਖਿਆ ਹੋਏਗਾ ਜਾਂ ਹੁਣ ਵੀ ਕਿਤੇ ਪਿੰਡ ਜਾਂਦੇ ਹੋਗੇ, ਇਸ ਤਰ੍ਹਾਂ ਦੇ ਘਰ ਨਜ਼ਰ ਆਉਂਦੇ, ਤੇ ਪਾਪਾ ਨੇ ਇੱਥੇ ਬਣਾ ਤਾ? ਹਾਂ, ਇੱਥੇ ਹੀ ਬਣਾ ਤਾ। ਇੱਥੇ ਹੁਣ ਆਪਾਂ ਬੰਬੀ ਵੀ ਲਾਉਣੀ, ਕਿਉਂਕਿ ਪਿੰਡ 'ਚ ਬੰਬੀ ਵੇਖੀ ਦੀ ਆ, ਤੇ ਬੰਬੀ 'ਚ ਨਹਾਉਣ ਦਾ ਅਲੱਗ ਹੀ ਨਜ਼ਾਰਾ ਆ, ਸਵਿਮਿੰਗ ਪੂਲ 'ਚ ਉੱਦਾਂ ਦਾ ਨਹੀਂ ਹੈਗਾ। ਫਿਰ ਇੱਥੇ ਜਿਸ ਤਰ੍ਹਾਂ ਹੁਣ ਕਬੂਤਰ ਰੱਖੇ ਦੇ ਆ ਜਾਂ ਚੁੱਲ੍ਹੇ 'ਤੇ ਰੋਟੀ ਬਣਦੀ, ਇਹ ਸਾਰਾ ਕੁਛ ਦੇਖ ਕੇ ਕਿੱਦਾਂ ਦਾ ਲੱਗਦਾ? ਉੱਦਾਂ ਤਾਂ ਸਾਗ ਪਸੰਦ ਨਹੀਂ ਹੈਗਾ, ਜਿਹੜਾ ਚੁੱਲ੍ਹੇ ਦਾ ਸਾਗ ਉਹ ਪਸੰਦ ਆ। ਹਾਂ, ਤੁਹਾਡੇ ਫਿਰ ਫਰੈਂਡਸ ਆਉਂਦੇ ਨੇ ਇੱਥੇ? ਹਾਂ, ਮੇਰੇ ਬਰਥਡੇ 'ਤੇ ਆਏ ਸੀ, ਉਹ ਆਉਂਦੇ ਸੀ, ਬਹੁਤ ਵਧੀਆ ਬਣਾਇਆ ਵਾ। ਹਾਂ, ਫੋਟੋਆਂ ਤਾਂ ਖਿਚਾਈ ਨਾ ਆਉਂਦੇ ਸੀ। ਤੁਹਾਡੇ ਫਰੈਂਡਸ ਆਉਂਦੇ ਆ? ਵੀਡੀਓ ਕਾਲ। ਵੀਡੀਓ ਕਾਲ ਤੇ ਤੁਹਾਡੀਆਂ ਫੋਟੋਆਂ ਦੇਖਦੇ ਹੋ? ਕੀ ਕਹਿੰਦੇ ਹੋ ਤੁਹਾਨੂੰ, ਵੀ ਸ਼ਹਿਰ 'ਚ ਰਹਿੰਦੇ ਹੋ ਕੋਈ ਪਿੰਡ 'ਚ? ਕਹਿੰਦੇ ਨੇ ਵੀ ਪਿੰਡ 'ਚ ਹੀ ਰਹਿੰਦੇ ਹੋ ਜਾਂ ਤਾਂ ਤੁਸੀਂ ਪਿੰਡ ਵਾਲਾ ਮਾਹੌਲ ਬਣਾ ਲਿਆ ਹੈ। ਕਹਿੰਦੇ ਤੁਸੀਂ ਝੂਠ ਬੋਲਣਦੇ ਜੇ ਤੁਸੀਂ ਪਿੰਡ 'ਚ ਰਹਿੰਦੇ ਜੇ। ਅਸੀਂ ਕਹਿੰਦੇ ਨਹੀਂ ਆਪਾਂ ਸ਼ਹਿਰ 'ਚ ਹੀ ਰਹਿੰਦੇ, ਫਿਰ ਆਪਾਂ ਉਹਨਾਂ ਨੂੰ ਬਾਹਰੋਂ ਦਿਖਾ ਕੇ ਆਉਂਦੇ ਕਿ ਆਪਾਂ ਸ਼ਹਿਰ 'ਚ ਹੀ ਰਹਿੰਦੇ ਹਾਂ, ਪਰ ਪਿੰਡ ਬਣਾਇਆ ਆਪਾਂ ਸ਼ਹਿਰ ਦੇ ਅੰਦਰ ਹੀ। ਬਹੁਤ ਵਧੀਆ ਗੱਲ ਆ ਕਿ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਵਿਰਸੇ ਦੇ ਨਾਲ ਜੋੜਨ ਲਈ ਪਿੰਡ ਬਣਾ ਦਿੱਤਾ। ਗੱਲਬਾਤ ਕਰ ਲਾਂਗੇ ਗੁਰਪ੍ਰੀਤ ਸਿੰਘ ਹੋਣਾ ਨਾਲ। ਗੁਰਪ੍ਰੀਤ ਸਿੰਘ ਗੁਰਾਇਆ ਉਹਨਾਂ ਨੇ ਸ਼ਹਿਰ ਦੇ ਵਿੱਚ ਹੀ ਪਿੰਡ ਬਣਾ ਦਿੱਤਾ। ਗੁਰਪ੍ਰੀਤ ਜੀ, ਬੱਚੇ ਖੁਸ਼ ਨੇ, ਮਾਹੌਲ ਖੁੱਲ੍ਹਾ ਦੇ ਦਿੱਤਾ, ਸ਼ਹਿਰੀ ਬੱਚੇ ਤਾਂ ਇੱਦਾਂ ਦੇ ਨਹੀਂ ਹੁੰਦੇ। ਬੱਚਿਆਂ ਦੀ ਖੁਸ਼ੀ 'ਚ ਬੱਚੀ, ਹਰ ਇੱਕ ਪੇਰੈਂਟਸ ਆਪਣੇ ਬੱਚਿਆਂ ਲਈ ਕਰਦਾ,
ਕੋਈ ਵੀ ਜਿੱਦਾਂ ਦਾ ਮਰਜ਼ੀ ਹੋਏ ਬੱਚੇ ਨਾ ਹੁਣ ਸਹੀ ਸਾਰੇ ਇਹ ਹੀ ਚਾਹੁੰਦੇ ਪੇਰੈਂਟਸ ਕਿ ਸਾਡੇ ਬੱਚੇ ਗਾ ਉਸ ਚੀਜ਼ ਨਾਲ ਜੁੜੇ ਰਹਿਣ ਜੋ ਵੀ ਮੰਗਿਆ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਸ਼ਾਮਾਂ ਨੂੰ ਜਦੋਂ ਤੁਸੀਂ ਵੇਖਿਆ ਜਿੱਦਾਂ ਆ ਗਏ ਉਹਨਾਂ ਨੇ, ਮੈਂ ਕੋਈ ਇਹਨਾਂ ਨੂੰ ਸਿਖਾਇਆ ਨਹੀਂ, ਕੋਈ ਕੁਛ ਨਹੀਂ ਆ, ਸਾਰਾ ਕੁਛ ਤੁਹਾਡੇ ਸਾਹਮਣੇ ਬੋਲਦੇ ਪਏ। ਸਾਨੂੰ ਬਹੁਤ ਬੜੀ ਖੁਸ਼ੀ ਹੁੰਦੀ ਕਿ ਸਾਡੇ ਬੱਚੇ ਖੁਸ਼ ਆ ਅਤੇ ਆਪਾਂ ਖੁਸ਼ ਆ। ਇਹ ਸ਼ੌਕ ਤੁਹਾਨੂੰ ਜਾਗਿਆ ਸੀ ਪਿੰਡ ਬਣਾਉਣ ਦਾ ਸ਼ਹਿਰ ਦੇ ਵਿੱਚ ਕਿ ਜਾਂ ਬੱਚਿਆਂ ਨੂੰ ਜਾਗਿਆ ਸੀ? ਵੇਖੋ ਜੀ, ਮੇਰਾ ਇੱਕ ਡ੍ਰੀਮ ਸੀ ਕਿ ਮੈਂ ਪਿੰਡ ਦੇ ਵਿੱਚ ਰਹਾਂ, ਪਰ ਹੁਣ ਜਿੱਦਾਂ ਕੰਮਕਾਰ ਦੇ ਸਿਲਸਿਲੇ 'ਚ ਸਾਰਾ ਕੁਝ ਕਰਕੇ ਸਾਡਾ ਪਿੰਡ ਇੱਥੋਂ 40-50 ਕਿਲੋਮੀਟਰ ਦੂਰ ਆ ਅਤੇ ਆਪਾਂ ਉੱਥੇ ਡੇਲੀ ਅਪ ਡਾਊਨ ਕਰ ਨਹੀਂ ਸਕਦੇ, ਠੀਕ ਹੈ ਜੀ? ਅਤੇ ਡ੍ਰੀਮ ਹਰ ਟਾਈਮ ਉਹੀ ਹੁੰਦਾ, ਅੱਜ ਵੀ ਮੇਰਾ ਡ੍ਰੀਮ ਹੁੰਦਾ ਹੈ ਕਿ ਮੈਂ ਹੁਣੇ ਪਿੰਡ ਚੱਲ ਜਾਵਾਂ, ਪਰ ਜਾ ਨਹੀਂ ਸਕਦੇ। ਬਾਕੀ ਗੱਲਾਂ ਬਾਅਦ 'ਚ ਕਰਦੇ ਹਾਂ। ਬੱਚੇ ਕਹਿੰਦੇ ਪਿੰਡ ਦੇ ਬਣਾ ਲਿਆ ਪਾਪਾ ਨੇ, ਪਰ ਇੱਕ ਕਮੀ ਆ, ਕਹਿੰਦੇ ਨਹਾਉਂਦਾ ਉਹ ਮਜ਼ਾ ਨਹੀਂ ਹੁੰਦਾ ਜਿਹੜਾ ਬੰਬੀ 'ਚ ਨਹਾਉਂਦਾ ਹੁੰਦਾ, ਅਸੀਂ ਕਹਿੰਦੇ 'ਚ ਬੱਚਾ ਚਾਹੁੰਦੇ ਹਾਂ। ਵੇਖੋ ਜੀ, ਬਣਾ ਰਹੇ ਸ਼ੋਰਟਲੀ, ਇਹਨਾਂ ਨੂੰ ਇਸ ਚੀਜ਼ ਦਾ ਪਤਾ ਕਿਉਂਕਿ ਜਾਂਦੇ ਆ ਉਹ ਪਿੰਡ, ਉਹ ਕਦੀ ਨਹੀਂ ਸਵਿਮਿੰਗ ਪੂਲ 'ਚ ਉਹਨਾਂ ਜਿੱਦ ਨਹੀਂ ਕੀਤੀ ਵੀ ਆਪਾਂ ਜਾਣਾ ਵਾਟਰ ਪਾਰਕ ਜਾਣਾ, ਉਹ ਸਿੱਧੇ ਕਹਿੰਦੇ ਪਿੰਡ ਚੱਲੀਏ ਆਪਾਂ ਨਹਾਉਣਾ ਉੱਥੇ ਜਾ ਕੇ, ਅਤੇ ਉਹ ਹੁਣ ਮੈਂ ਇਸ ਰੋਜ਼ ਜਿਹੜੀ ਕਮੀ ਆ ਉਹ ਵੀ ਥੋੜ੍ਹੇ ਦਿਨਾਂ 'ਚ ਦੂਰ ਕਰ ਦੇਣੀ ਜੀ। ਇਹ ਵੀ ਚੰਗੀ ਗੱਲ ਆ ਕਿ ਬੱਚਿਆਂ ਦੇ ਜਿੱਥੇ ਸ਼ੌਕ ਪੂਰੇ ਕਰ ਉੱਥੇ 'ਚ ਬੱਚੇ ਦਾ ਸ਼ੌਕ ਵੀ ਪੂਰਾ ਕਰਨ ਜਾ ਰਿਹਾ। ਇੱਕ ਚੀਜ਼ ਹੋਰ, ਜਿਸ ਤਰੀਕੇ ਨਾਲ ਅਸੀਂ ਦੇਖਿਆ, ਮੈਂ ਕੈਮਰਾਮੈਨ ਨੂੰ ਕਹੂੰਗਾ ਨਾਲ ਦਿਖਾਓ ਜ਼ਰੂਰ ਦੇਵੇ, ਆ ਆਲੇ ਬਣਾਏ ਦੇ ਆ। ਆਮ ਤੌਰ 'ਤੇ ਸ਼ਹਿਰੀ ਬੱਚਿਆਂ ਨੂੰ ਜਾਂ ਕਿਸੇ ਨੂੰ ਆਲਿਆਂ ਦਾ ਨਹੀਂ ਪਤਾ ਕਿ ਆਲੇ ਹੁੰਦੇ ਕੀ ਹੈ। ਇਹ ਆਲੇ, ਇਹ ਬਾਰੀਆਂ, ਇਹ ਬੂਹੇ, ਇਹ ਕਿੱਥੋਂ ਲਿਆਂਦੇ ਔਰ ਇਹ ਆਈਡੀਆ ਕਿਹਦਾ ਸੀ? ਇਹ ਕਿਸੇ ਆਰਕੀਟੈਕਚਰ ਕੋਲ ਤਿਆਰ ਕਰਾਇਆ? ਨਹੀਂ ਜੀ, ਇਹ ਸਾਰਾ ਹੀ ਕੁਝ ਜਿਹੜਾ ਵੀ ਆਣ ਕੇ ਪੁੱਛਦਾ ਇਹ ਕਹਿੰਦਾ ਕਿ ਇਹ ਆਰਕੀਟੈਕਟ ਨੇ ਕਿੰਨੇ ਪੈਸੇ ਲਏ, ਕਿੱਦਾਂ ਲਏ। ਮੈਂ ਉਹਨਾਂ ਨੇ ਕਿਹਾ ਮੈਂ ਆਰਕੀਟੈਕਟ ਖੁਦ ਮੈਂ ਹੀ ਹਾਂ, ਜੋ ਜੋ ਚੀਜ਼ਾਂ ਦੇਖੀਆਂ ਉਹ ਇੱਥੇ ਛਾਪਤੀਆਂ ਜੀ। ਮਤਲਬ ਜਿਹੜਾ ਪਿੰਡ 'ਚ ਘਰ ਸੀ ਉਹ ਇੱਥੇ ਬਣਾ ਲਿਆ? ਉਹ ਇੱਥੇ ਬਣਾ ਤਾ ਜੀ, ਸਾਰਾ ਕੁਝ ਉਹੀ ਚੀਜ਼ਾਂ ਛੇਪਤੀਆਂ, ਥੋੜ੍ਹਾ ਮੋਟਾ ਥੋੜ੍ਹਾ ਫਰਕ ਹੋਏਗਾ ਉਹ ਚੀਜ਼ ਦਾ, ਬਾਕੀ ਆਲਮੋਸਟ ਸਾਰਾ ਕੁਝ ਸੇਮ ਹੀ ਹੈ। ਇੱਕ ਫਿਰ ਇਹ ਵੀ ਦੱਸੋ ਕਿ ਜਿਹੜੇ ਹੁਣ ਆ ਦਰਵਾਜ਼ੇ ਕਢਾਈ ਵਾਲੇ, ਇਹ ਤਾਂ ਵੀ ਮੁੱਕਿਆਂ ਨੂੰ ਕਈ ਕਈ ਸਦੀਆਂ ਬੀਤ ਗਈਆਂ, ਇਹ ਲੱਕੜ ਦੀਆਂ ਬਾਰੀਆਂ, ਇਹ ਬਲਬ ਅਤੇ ਜਿਹੜੇ ਉਹ ਲਾਟੂ ਜਿਹਨੂੰ ਆਪਾਂ ਕਹਿ ਦਿੰਦੇ ਉਹਦੇ ਹੋਲਡਰਸ ਜਾਂ ਇਹ ਲਾਲਟੈਨਾਂ, ਫਿਰ ਇਹ ਕਿੱਥੋਂ ਇਕੱਠੀਆਂ ਕੀਤੀਆਂ? ਵੇਖੋ ਜੀ, ਜਿੱਦਾਂ ਤੁਸੀਂ ਕਿਹਾ ਸਾਰੀਆਂ ਚੀਜ਼ਾਂ ਲੋਕਾਂ ਖਤਮ ਕਰਤੀਆਂ, ਮੈਂ ਖਤਮ ਹੋਈਆਂ ਚੀਜ਼ਾਂ ਨੂੰ ਫਿਰ ਦੁਬਾਰਾ ਜਿੰਦਾ ਕੀਤਾ ਜੀ। ਉਹ ਸਾਰੀਆਂ ਟਰੈਚ 'ਚੋਂ ਲੈ ਕੇ ਉਹਨਾਂ ਚੀਜ਼ਾਂ ਨੂੰ ਰਿਪੇਅਰਿੰਗ ਕੀਤੀ, ਸਾਰਾ ਕੁਛ ਲਿਆ ਕੇ ਜਿੰਨੀਆਂ ਚੀਜ਼ਾਂ ਕਰਕੇ ਉਹਨੂੰ ਫਿਰ ਮੁਰਦੇ ਚੀਜ਼ਾਂ ਨੂੰ ਜਿੰਦਾ ਕੀਤਾ। ਕਬੂਤਰਬਾਜ਼ੀ ਦਾ ਸ਼ੌਕ ਆ ਕਿ ਜਾਂ ਇਹ ਫਿਰ ਪਿੰਡ ਦਾ ਹੀ ਟ੍ਰੈਡੀਸ਼ਨ ਇੱਥੇ ਲਿਆਂਦਾ ਤਾਂ ਕਬੂਤਰ ਰੱਖ ਲਏ? ਵੇਖੋ, ਸ਼ੌਕ ਨਹੀਂ, ਇੱਦਾਂ ਹੀ ਦੋ ਚਾਰ ਕਬੂਤਰ ਆਏ ਸੀ, ਇਕੱਠੇ ਹੋਏ ਸੀ, ਮੁੜ ਕੇ ਇਕੱਠੇ ਹੁੰਦੇ ਗਏ ਅਤੇ ਆਪਾਂ ਉਹ ਚੀਜ਼ ਨੂੰ ਇੱਦਾਂ ਹੀ ਇੱਥੇ ਰੱਖਦਾ, ਆਪਾਂ ਉਹਨਾਂ ਨੂੰ ਇੱਥੋਂ ਪਜਾਇਆ ਨਹੀਂ, ਦਾਣਾ ਪਾਣੀ ਪਾਈਦਾ ਵਾ, ਉਹਦੇ ਨਾਲ ਹੀ ਫਿਰ ਘਰ ਵੀ ਬਣਾ ਤਾ ਉਹਨਾਂ ਦਾ, ਇੱਕ ਆਲਣਾ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਉਹ ਫਿਰ ਕੰਟੀਨਿਊ ਇੱਦਾਂ ਚੱਲਦਾ ਰਿਹਾ, ਆਉਂਦੇ ਆ, ਦਾਣਾ ਪਾ ਦੇਈਦਾ, ਪਾਣੀ। ਬੱਚੇ ਵੀ ਨਾਲ ਖੇਡਦੇ ਰਹਿੰਦੇ? ਬਿਲਕੁਲ ਜੀ, ਬੱਚੇ ਵੀ ਬੱਚੇ ਇੰਜੋਇਮੈਂਟ ਕਰਦੇ, ਉਹ ਇੱਥੇ ਰਹਿ ਪਏ, ਗਿੱਜ ਗਏ ਆ, ਇੱਥੇ ਰਹਿੰਦੇ ਆ, ਬੱਚੇ ਫੜ ਵੀ ਲੈਂਦੇ, ਖੇਡ ਲੈਂਦੇ, ਡਾਉਂਦੇ ਆ। ਰਿਸ਼ਤੇਦਾਰ ਆ ਜਾਂਦੇ ਆ ਉਹ ਜ਼ਿਆਦਾ ਏਸੀ 'ਚ ਰਹਿਣਾ ਪਸੰਦ ਕਰਦੇ ਕਿ ਜਾਂ ਖੁੱਲ੍ਹੀ ਹਵਾ 'ਚ? ਕਿਉਂਕਿ ਅਸੀਂ ਵੀ ਕਦੋਂ ਦੇ ਆ ਕੇ ਵੇਖਿਆ, ਸਾਰਾ ਕੁਝ ਸ਼ੂਟ ਕੀਤਾ, ਤੁਹਾਡੇ ਬੱਚਿਆਂ ਨੂੰ ਵੀ ਖੇਡਦਿਆਂ ਦੇਖਿਆ, ਇਸ ਖੁੱਲ੍ਹੀ ਹਵਾ 'ਚ ਰਹਿਣਾ ਰਿਸ਼ਤੇਦਾਰ ਪਸੰਦ ਕਰਦੇ ਕਿ ਜਾਂ ਕਹਿੰਦੇ ਕਿ ਨਹੀਂ ਗੁਰਪ੍ਰੀਤ ਚੱਲ ਏਸੀ ਥੱਲੇ ਚੱਲੀਏ? ਦੇਖੋ ਜੀ, ਜ਼ਿਆਦਾ ਜਿਹੜਾ ਆਪਣੇ ਆਪਣਾ ਟੇਸਟ ਹੁੰਦਾ ਜੀ, ਹਰ ਇੱਕ ਦਾ। ਹੁਣ ਜਿੱਦਾਂ ਮੇਰਾ ਟੇਸਟ ਆ, ਮੇਰੇ ਕਈ ਰਿਸ਼ਤੇਦਾਰ ਦਾ ਟੇਸਟ ਵੀ ਇੱਦਾਂ ਦਾ ਹੀ ਆ, ਉਹ ਵੀ ਇਹ ਚੀਜ਼ ਚਾਹੁੰਦੇ ਆ ਵੀ ਨਹੀਂ ਮੈਨੂੰ ਵਧੀਆ ਲੱਗਦੇ ਆ, ਆਓ ਚੱਲਦੇ ਹਾਂ ਉੱਥੇ, ਚਲੋ ਹਵੇਲੀ ਜਾ ਕੇ ਬਹਿੰਦੇ ਹਾਂ, ਜਿੱਦਾਂ ਪੁਰਾਣੇ ਨਾ ਹੁਣ ਪਿੰਡਾਂ 'ਚ ਹਵੇਲੀ ਕਹਿੰਦੇ ਆ, ਠੀਕ ਹੈ ਜੀ। ਹੁਣ ਸਾਰਾ ਜਿਹੜਾ ਚਲੋ ਹਵੇਲੀ ਚੱਲੀਏ, ਇੱਥੇ ਛੱਡੋ ਤੁਸੀਂ ਅੰਦਰ ਬੜੇ ਬਹਿੰਦੇ, ਕਈ ਤਾਂ ਅੰਦਰ ਹੀ ਏਸੀ 'ਚੋਂ ਬਾਹਰ ਹੀ ਨਹੀਂ ਨਿਕਲਦੇ ਇਹਨਾਂ ਦਿਨਾਂ 'ਚ, ਅਤੇ ਅਸੀਂ ਇਹਨਾਂ ਚਲੋ ਹਵੇਲੀ ਚੱਲਦੇ ਹਾਂ ਉੱਥੇ ਜਾ ਕੇ ਬਹਿੰਦੇ ਹਾਂ। ਅਤੇ ਜਿਹੜਾ ਖਾਣਾ ਪੀਣਾ ਉਹ ਇੱਥੇ ਹਵੇਲੀ 'ਚ ਹੁੰਦਾ ਕਿ ਜਾਂ ਫਿਰ ਜਿਹੜਾ ਘਰ ਬਣਾਇਆ ਦਾ ਉੱਥੇ? ਵੇਖੋ ਜੀ, ਜਿੱਦਾਂ ਦਾ ਇਨਵਾਇਰਮੈਂਟ, ਜਿੱਦਾਂ ਦੀ ਕੋਈ ਵੈਦਰ ਦੇ ਹਿਸਾਬ ਦੇ ਨਾਲ, ਜਿੱਦਾਂ ਹੁਣ ਸਾਗ ਸੂਗ ਬਣਾਈਏ ਉਹ ਤਾਂ ਇੱਥੇ ਆ ਜਾਈਦਾ, ਰੋਟੀ ਪਾਣੀ ਵੀ ਆ, ਸਾਡਾ ਕੋਈ ਛੋਟਾ ਮੋਟਾ ਬੱਚਿਆਂ ਦਾ ਫੰਕਸ਼ਨ, ਬਰਥਡੇ ਹੁੰਦਾ ਵਾ, ਕੋਈ ਫਰੈਂਡ ਸਰਕਲ, ਉਹ ਇੱਥੇ ਇੰਜੋਇਮੈਂਟ ਕਰੀਦਾ। ਇਹ ਤੁਸੀਂ ਚਲੋ ਆਰਕੀਟੈਕਚਰ ਤੁਸੀਂ ਖੁਦ ਬਣ ਗਏ, ਸਾਰਾ ਕੁਝ ਆਪਣੇ ਪੁਰਾਣਾ ਦਿਮਾਗ 'ਚ ਨਕਸ਼ਾ ਬਣਾਇਆ, ਫਿਰ ਆ ਮੋਰਨੀਆਂ, ਸੰਦੂਕ ਪੁਰਾਣਾ ਲੱਕੜ ਦਾ, ਚਰਖਾ ਅਤੇ ਚੱਕੀ, ਇਹ ਸਾਰਾ ਸਮਾਨ ਕਿੱਥੋਂ ਇਕੱਠਾ ਕੀਤਾ? ਇਹ ਵੀ ਵੇਖੋ ਜੀ, ਇੱਦਾਂ ਕਿਸੇ ਨੂੰ ਕੋਈ ਫਰੈਂਡ ਨੂੰ ਰਿਕੁਐਸਟ ਕੀਤੀ, ਕੋਈ ਕਿਸੇ ਨੂੰ, ਦੂਰ ਦੂਰ ਫੀਲਡ 'ਤੇ ਜਾ ਕੇ ਸਾਰਿਆਂ ਨੂੰ ਦੇਖਿਆ,
ਅਤੇ ਉਹ ਚਰਖੇ ਜਾਂ ਦੂਜੀਆਂ ਚੀਜ਼ਾਂ ਸੰਦੋਖ ਵਗੈਰਾ ਅਸੀਂ ਸ਼ੌਂਕ ਨੂੰ ਰੱਖੇ, ਉਹਨਾਂ ਨੂੰ ਅਸੀਂ ਯੂਸਿਸ ਵੀ ਕਰਦੇ ਪਏ ਹਾਂ, ਉਹਨਾਂ ਨੂੰ ਰਿਪੇਅਰ ਕਰਕੇ ਪ੍ਰੋਪਰ ਨਵੇਂ ਬਣਾਏ ਆ, ਉਹਨਾਂ ਦੇ ਵਿੱਚ ਆਪਣਾ ਜੋ ਚੀਜ਼ ਇੱਥੋਂ ਦਾ ਸਮਾਨ ਆ ਉਹ ਆਪਾਂ ਉਹਦੇ ਵਿੱਚ ਰੱਖਦੇ ਵੀ ਹਾਂ। ਅੱਜ ਕੱਲ੍ਹ ਦੀਆਂ ਲੇਡੀਜ਼ ਨੂੰ, ਜ਼ਿਆਦਾਤਰ ਲੇਡੀਜ਼ ਨੂੰ ਚੁੱਲ੍ਹਾ ਬਾਲਣਾ ਜਾਂ ਤੰਦੂਰ 'ਤੇ ਰੋਟੀ ਲਾਉਣਾ ਪਸੰਦ ਨਹੀਂ ਆਉਂਦਾ, ਬੇਸ਼ੱਕ ਹੋਏਗਾ। ਫਿਰ ਤੁਸੀਂ ਕੋਈ ਸ਼ੈਫ ਰੱਖਿਆ ਤਾਂ ਕਿ ਆਪ ਹੀ ਜਾਂ ਮਿਸਿਜ਼ ਤੁਹਾਡੇ ਕਰਦੇ ਆ? ਜੀ ਸ਼ੈਫ ਨੂੰ ਰੱਖਦਾ ਤਾਂ ਫਿਰ ਟੇਸਟ ਹੀ ਖਤਮ ਹੋ ਗਿਆ ਜੀ, ਆਪ ਹੀ ਕਰੀਦਾ ਜੀ। ਹਾਂਜੀ, ਬਹੁਤ ਵਧੀਆ ਗੱਲ ਹੈ। ਗੁਰਪ੍ਰੀਤ ਸਿੰਘ ਗੁਰਾਇਆ ਅਤੇ ਉਹਨਾਂ ਦਾ ਪਰਿਵਾਰ ਸੀ, ਆਪਣਾ ਅਤੇ ਆਪਣੇ ਬੱਚਿਆਂ ਦਾ ਸ਼ੌਕ ਪੂਰਾ ਕਰਨ ਲਈ ਪਿੰਡ 'ਚ ਹੀ ਸ਼ਹਿਰ 'ਚ ਆਏ, ਸ਼ਹਿਰ 'ਚ ਆ ਕੇ ਮੁੜ ਪਿੰਡ ਵਸਾ ਦਿੱਤਾ, ਘਰੇ ਹੀ ਬਾਜ਼ਾਰ ਬਣਾਇਆ ਤਾ, ਪਰਾਂਦੀਆਂ ਪੰਜਾਬੀ ਚੱਪਲਾਂ ਮੋਰਨੀਆਂ ਤੱਕ ਕੰਧ 'ਤੇ ਪਵਾ ਦਿੱਤੀਆਂ, ਪੰਜਾਬੀ ਵਿਰਸੇ ਨੂੰ ਕਾਇਮ ਰੱਖਣ ਲਈ ਇੱਕ ਸੋਹਣਾ ਅਤੇ ਚੰਗਾ ਉਪਰਾਲਾ ਹੈ।